ਅੰਦਰ ਆ ਜਾਓ। ਨਹੀਂ ਨਹੀਂ ਸਿਮਰਨ, ਹੁਣ ਉਹ ਮੇਰੀ ਜਗ੍ਹਾ ਨਹੀਂ ਹੈ, ਮੇਰੀ ਜਗ੍ਹਾ ਆਹੀ ਠੀਕ ਆ। ਹੋਇਆ ਸਾ, ਕੋਈ ਗੱਲ ਨਹੀਂ, ਨੌਕਰੀ ਮਿਲ ਗਈ ਸੀ? ਹਾਂਜੀ ਵੀਰੇ ਮਿਲ ਗਈ ਆ, ਬਹੁਤ ਵਧੀਆ ਨੌਕਰੀ ਮਿਲੀ ਆ, ਨਾਲੇ ਸੈਲਰੀ ਵੀ 25,000 ਆ। ਕਿਸੇ ਦੇ ਨਾ ਹੋਣ ਨਾਲ ਦੁਨੀਆ ਨਹੀਂ ਰੁਕਦੀ ਹੁੰਦੀ। ਵੀਰੇ 10 ਦਿਨਾਂ 'ਚ ਇੰਨਾ ਕੁ ਤਾਂ ਅਹਿਸਾਸ ਹੋ ਗਿਆ ਕਿ ਮੇਰੇ 5 ਸਾਲ ਇਹ ਦੁਕਾਨ 'ਚ ਲੱਗੇ ਵੀਰੇ, ਮੇਰੇ ਨਾਲ ਰੂਹ ਜੁੜੀ ਹੋਈ ਆ। ਸਿਮਰਨ, ਨੇਹਾ। ਹਾਂਜੀ ਵੀਰੇ। ਆ ਜਾਓ ਬੇਟਾ, ਬਾਕੀ ਕੰਮ ਬਾਅਦ 'ਚੋਂ ਕਰ ਲਿਓ, ਠੰਡ ਹੈਗੀ ਹੈ, ਚਾਹ ਪੀ ਲਓ। ਵੀਰੇ ਆ ਤਾਂ ਬਹੁਤ ਵਧੀਆ ਹੋ ਗਿਆ ਨਾ ਕਿ ਤੁਸੀਂ ਦੁਕਾਨ 'ਤੇ ਆ ਗਏ, ਹੁਣ ਆਪਾਂ ਫਿਰ ਰਲ ਮਿਲ ਕੇ ਕੰਮ ਕਰਿਆ ਕਰਾਂਗੇ ਪਹਿਲਾਂ ਵਾਂਗੂ। ਬਿਲਕੁਲ, ਮੈਂ ਵੀ ਤੁਹਾਨੂੰ ਕਹਿਣਾ ਹੀ ਸੀਗਾ ਕਿ ਜਿਹੜੀ ਵੀ ਮੇਰੇ ਤੋਂ ਗਲਤੀ ਹੋਈ, ਮੈਂ ਤੁਹਾਨੂੰ ਬੜਾ ਉੱਚਾ ਨੀਵਾਂ ਬੋਲਿਆ, ਤਾਂ ਮੈਨੂੰ ਮਾਫ਼ ਕਰ ਦਿਓ। ਨਹੀਂ ਵੀਰੇ, ਉੱਥੇ ਸਾਡੀ ਵੀ ਤਾਂ ਗਲਤੀ ਸੀਗੀ, ਤੁਸੀਂ ਸਾਡੇ ਵੱਡੇ ਭਰਾ ਨੂੰ ਸਾਨੂੰ ਕੁਛ ਵੀ ਕਹਿ ਸਕਦੇ ਹੋ। ਨਹੀਂ ਨਹੀਂ, ਹੁਣ ਨਾ ਆਪਾਂ ਰਲ ਮਿਲ ਕੇ ਕੰਮ ਕਰਾਂਗੇ ਪਿਆਰ ਨਾਲ, ਨਾਲੇ ਜੇ ਵੀਰੇ ਨੇ ਮੈਨੂੰ ਕੁਛ ਕਹਿ ਵੀ ਦਿੱਤਾ ਤਾਂ ਮੈਂ ਸੋਚ ਲਿਆ ਹੁਣ ਮੈਂ ਸੁਣ ਲਿਆ ਕਰਨੀ ਗੱਲ, ਕਿਉਂਕਿ ਵੀਰਾ ਸਾਡੇ ਫਾਇਦੇ ਲਈ ਕਹਿੰਦਾ ਵਾ। ਹਾਂਜੀ, ਹੈ ਨਾ, ਚਲੋ ਚਾਹ ਪੀ ਲਓ, ਠੰਡੀ ਹੋ ਜਾਣੀ ਆ। ਚਾਹ ਪੀ ਕੇ ਨਾ ਜਿਹੜਾ ਸਮਾਨ ਆਇਆ ਵਾ ਸਾਰਾ ਟਿਕਾ ਦਿਓ, ਕਾਊਂਟਰ ਸਾਰਾ ਕਲੀਅਰ ਕਰ ਦਿਓ ਉੱਥੋਂ। ਓ ਬਾਈ, ਹੈਲੋ ਬਾਵੇ, ਹੈਲੋ ਬਾਵੇ। ਹਾਂ ਸਨੀ, ਕਿੱਧਰ ਹੋ ਗਿਆ ਯਾਰ? ਯਾਰ ਮੈਨੂੰ ਨਾ ਦੁਕਾਨ ਦੇ ਯਾਦ ਆਈ ਜਾਂਦੇ ਸੀਗੇ। ਯਾਰ ਮੈਨੂੰ ਵੀ ਬਹੁਤ ਯਾਦ ਆਉਂਦੀ ਆ ਜਿੱਥੇ ਮੈਂ ਕੰਮ ਕਰਦਾ ਸੀਗਾ। ਯਾਰ ਮਾਲਕਾਂ ਵਾਂਗੂ ਰਹਿੰਦੇ ਹੁੰਦੇ ਸੀ, ਨਾ ਕਿ ਫਿਕਰ ਹੁੰਦੀ ਸੀਗੀ ਆਪਾਂ ਨੂੰ। ਹੁਣ ਮੈਂ ਸੋਚਦਾ ਵਾ ਬਹੁਤ ਵੱਡੀ ਗਲਤੀ ਕੀਤੀ ਆਪਾਂ। ਸਹੀ ਗੱਲ ਯਾਰ, ਐਵੇਂ ਲਾਲਚ ਵਿੱਚ ਆ ਕੇ ਆਪਾਂ ਆਪਣਾ ਕੰਮ ਖਰਾਬ ਕਰ ਲਿਆ ਬਿਲਕੁਲ। ਚੱਲ ਮੈਨੂੰ ਤਾਂ ਕੰਮ ਮਿਲਿਆ ਨਹੀਂ, ਤੂੰ ਕਿੱਥੇ ਕੰਮ ਕਰ ਰਿਹਾ ਵਾ? ਉਹ ਯਾਰ ਮੈਨੂੰ ਕੰਮ ਤਾਂ ਮਿਲ ਗਿਆ ਵਾ, ਪਰ ਸਮਝ ਉੱਥੇ ਕੁਛ ਵੀ ਨਹੀਂ ਆਉਂਦਾ ਹੈਗਾ, ਰੰਗਾਂ ਵਿੱਚ ਉਲਝ ਜਾਂਦਾ ਮੈਂ, ਅਤੇ ਉੱਤੋਂ ਇੰਨੀਆਂ ਗਾਲਾਂ ਪੈਂਦੀਆਂ ਨੇ ਮੈਨੂੰ ਉੱਥੇ। ਮਾਊਸ, ਮਾਊਸ ਭਾਅ ਜੀ, ਉੱਪਰ ਭਾਅ ਜੀ ਮਾਊਸ ਲੱਗਿਆ ਹੋਇਆ ਭਾਅ ਜੀ। ਉਹ ਮਾਊਸ ਕਿਹੜਾ ਕਲਰ ਹੈ? ਉਹ ਮਾਊਸ ਹੈ, ਉਹਨੂੰ ਕੱਢੋ। ਹਾਂਜੀ ਹਾਂਜੀ ਹਾਂਜੀ, ਉਹ ਭਾਅ ਜੀ ਇਹ ਤਾਂ ਇੱਕ ਮਿੰਟ ਭਾਅ ਜੀ, ਕੀ ਚੀਜ਼ ਚਾਹੀਦੀ ਜੀ? ਮਾਊਸ ਕਲਰ ਦੇਖਿਓ ਯਾਰ, ਮਾਊਸ ਕਲਰ ਬੇਟਾ, ਉੱਪਰ ਵਾਲਾ ਮਾਊਸ ਕਲਰ ਹੈ। ਹਾਂਜੀ ਮੇਰੇ, ਮੈਂ ਕੱਢ ਰਹੀ ਹਾਂ ਫਸਟ ਵਾਲਾ। ਥਾਂ ਤਾਂ ਸਹੀ ਤਰੀਕੇ ਨਾਲ ਕੱਢ ਲਿਆ, ਤੈਨੂੰ ਥਾਂ ਕੱਢਣਾ ਵੀ ਨਹੀਂ ਆਉਂਦਾ ਯਾਰ, ਤਾਂ 15 ਦਿਨ ਹੋ ਗਏ ਕੰਮ ਕਰਦਿਆਂ ਨੂੰ, ਹਜੇ ਤੱਕ ਥਾਂ ਕੱਢਣਾ ਨਹੀਂ ਆਇਆ ਯਾਰ। ਸਿਫਤ ਇੱਧਰ ਆ ਕੇ ਥਾਂ ਕੱਢ ਬੇਟਾ ਯਾਰ, 15 ਦਿਨ ਹੋ ਗਏ ਯਾਰ ਤੈਨੂੰ ਕੰਮ ਕਰਦਿਆਂ ਯਾਰ। ਹਾਂਜੀ ਆਫਿਸ ਵਿੱਚ ਆ ਵਾਲਾ। ਵਿਜੇ ਐਕਚੁਅਲੀ ਮੁੰਡਾ ਨਵਾਂ ਸੀ, ਤਾਂ ਕਰਕੇ ਉਹਨੂੰ ਕਲਰ ਦੀ ਸਮਝ ਨਹੀਂ ਸੀਗੀ, ਸੋਰੀ। ਕੋਈ ਗੱਲ, ਹੁਣ ਦੇਖੋ ਤੁਸੀਂ। ਠੀਕ ਹੈ ਭਾਜੀ, ਠੀਕ ਹੈ, ਬਣਾ ਦਿਓ। 2 ਪੀਸ ਬਣਾ ਲਓ ਜੀ, 3 ਪੀਸ? 2 ਪੀਸ, 2 ਪੀਸ, ਓਕੇ। ਆ ਰੱਖੋ ਬੇਟਾ। ਯਾਰ 1.5 ਘੰਟਾ ਹੋ ਗਿਆ ਇਹ ਥਾਨ ਪਏ ਨੇ, ਤੇਰੇ ਕੋਲ 3 ਥਾਨ ਨਹੀਂ ਤੈਅ ਲੱਗੇ ਅਜੇ ਤੱਕ? ਭਾਅ ਜੀ ਮੈਂ ਲਾ ਤਾਂ ਰਿਹਾ ਵਾਂ, ਪਹਿਲਾਂ ਵੀ ਇੰਨੇ ਬੜੇ ਮੈਂ ਤੈਅ ਲਾ ਕੇ ਰੱਖੇ ਆ, ਬਸ 2-3 ਰਹਿ ਗਏ ਇਹ। ਮੈਨੂੰ ਤਾਂ ਸਮਝ ਨਹੀਂ ਆਉਂਦੀ
ਇੰਨਾ ਮਾਲ ਤੋਂ ਤਿਆਰ ਲੱਗਦਾ, ਦਿਖਦਾ ਤਾਂ ਪਿਆ ਨਹੀਂ। ਜਦੋਂ ਗਾਹਕ ਆ ਜਾਏਗਾ ਦੂਸਰਾ ਆਪਾਂ ਅਟੈਂਡ ਕਿੱਥੋਂ ਕਰਾਂਗੇ? ਪੈਸੇ ਲੈਣ ਵੇਲੇ, ਤਨਖਾਹ ਲੈਣ ਵੇਲੇ ਆਪਾਂ ਐਂ ਫਟਾਫਟ ਹੱਥ ਅੱਗੇ ਕਰਦੇ, ਤਨਖਾਹ ਦੇ ਦਿਉ ਜੀ, ਉਦੋਂ ਚੱਲਦੇ ਆਪਣੇ। ਭਾਅ ਜੀ ਹੁਣ ਲਾ ਤਾਂ ਰਿਹਾ ਵਾਂ ਤੈਂ, ਕੋਈ ਗੱਲ ਨਹੀਂ, ਥੋੜ੍ਹੀ ਵੇਟ ਕਰ ਲਓ। ਆਪ ਕੁਛ ਹੁੰਦਾ ਮੇਰੇ ਨਾਲ ਉੱਥੇ। ਅੱਛਾ, ਇੱਦਾਂ ਕਰਦੇ ਨੇ ਤੈਨੂੰ ਉਹ? ਹੋਰ ਯਾਰ, ਨਾਲੇ ਤੈਨੂੰ 10 ਦਿਨ ਵਿਹਲੇ ਫਿਰਦੇ ਨੂੰ ਹੋ ਗਏ ਆ, ਤੂੰ ਲੱਗਿਆ ਕੰਮ ਕਿਤੇ? ਨਾਲੇ ਤੂੰ ਵੀਰੇ ਹੁਣਾਂ ਕੋਲ ਗਿਆ ਸੀਗਾ, ਕੀ ਬਣਿਆ ਉੱਥੇ? ਯਾਰ ਮੈਂ ਤਾਂ ਵੀਰੇ ਕੋਲ ਪੈਸੇ ਲੈਣ ਗਿਆ ਸੀ, ਫਿਰ ਵੀਰਾ ਮੈਨੂੰ ਸਮਝਾਉਣ ਲੱਗ ਗਿਆ। ਵੀਰੇ ਨੇ ਤਾਂ ਮੈਨੂੰ ਇੱਥੋਂ ਤੱਕ ਕਹਿ ਤਾ ਕਿ ਤੂੰ ਆ ਜਾ ਵਾਪਸ। ਯਾਰ ਇਹ ਤਾਂ ਬਹੁਤ ਵਧੀਆ ਗੱਲ ਆ, ਤੂੰ ਚਲਾ ਜਾਂਦਾ ਕਿਉਂ ਨਹੀਂ? ਯਾਰ ਇੱਦਾਂ ਕਿੱਦਾਂ ਚੱਲ ਜਾ, ਮੇਰੀ ਵੀ ਤਾਂ ਕੋਈ ਇੱਜ਼ਤ ਆ। ਬਾਵੇ ਯਾਰ ਇੱਜ਼ਤ ਦੀ ਗੱਲ ਨਹੀਂ ਹੁੰਦੀ, ਇੱਜ਼ਤ ਸਿਰਫ ਉਹਦੀ ਹੁੰਦੀ ਆ ਜਿਹਦੀ ਜੇਬ ਵਿੱਚ ਪੈਸੇ ਹੁੰਦੇ ਆ। ਹੁਣ ਤੂੰ 10 ਦਿਨ ਤੋਂ ਵਿਹਲਾ ਫਿਰਦਾ ਪਿਆ ਵਾਂ, ਤੈਨੂੰ ਕਿਸੇ ਨੇ ਪੁੱਛਿਆ? ਯਾਰ ਗੱਲ ਤਾਂ ਤੇਰੀ ਸਹੀ ਆ, ਪਰ ਸਨੀ ਹੁਣ ਕਰੀਏ ਕੀ? ਕਰਨਾ ਕੁਛ ਨਹੀਂ, ਤੂੰ ਚੁੱਪ ਕਰਕੇ ਦੁਕਾਨ 'ਤੇ ਜਾ ਅਤੇ ਵੀਰੇ ਕੋਲ ਕੰਮ ਕਰ, ਤੈਨੂੰ ਉਹਨਾਂ ਨੇ ਆਪ ਕਿਹਾ ਵਾ ਆਉਣ ਨੂੰ, ਇਸ ਤੋਂ ਵੱਡੀ ਗੱਲ ਕੀ ਆ? ਚਲੋ ਉਹ ਤਾਂ ਠੀਕ ਆ, ਤੂੰ ਹੁਣ ਉੱਥੇ ਹੀ ਕੰਮ ਕਰੇਗਾ? ਮੇਰਾ ਦਿਲ ਨਹੀਂ ਕਰਦਾ ਯਾਰ ਉੱਥੇ ਕੰਮ ਕਰਨ ਨੂੰ, ਮੈਂ ਉਹੀ ਦੁਬਾਰਾ ਪੁਰਾਣੀ ਦੁਕਾਨ 'ਤੇ ਭਾਅ ਜੀ ਨੂੰ ਜਾ ਕੇ ਪੁੱਛੂੰਗਾ, ਮੈਨੂੰ ਰੱਖ ਲੈਣ ਦੁਬਾਰਾ। ਹਾਂ ਤੂੰ ਵੀ ਗੱਲ ਕਰ ਉੱਥੇ ਜਾ ਕੇ। ਪਰ ਇੱਕ ਗੱਲ ਆ ਸਨੀ, ਆਹ 10 ਦਿਨਾਂ 'ਚ ਨਾ ਜਿੰਨੀਆਂ ਗਲਤ ਫਹਿਮੀਆਂ ਸੀ ਆਪਣੀਆਂ ਦੂਰ ਹੋ ਗਈਆਂ। ਕਿਹੜੀਆਂ ਗਲਤ ਫਹਿਮੀਆਂ? ਯਾਰ ਆਪਾਂ ਨੂੰ ਇਹ ਸੀਗਾ ਕਿ ਆਪਣੇ ਕਰਕੇ ਕੰਮ ਚੱਲ ਰਿਹਾ, ਪਰ ਨਹੀਂ, ਆਪਾਂ ਕੰਮ ਕਰਕੇ ਚੱਲ ਰਹੇ ਸੀ। ਵੀਰੇ ਜਲਦੀ ਆ ਜਾਇਆ ਕਰੋ ਯਾਰ, ਮੈਂ ਜਾਣਾ ਵੀ ਹੁੰਦਾ ਆ। ਕਿੱਥੇ ਜਾਣਾ? ਵੀਰੇ ਦੋਸਤਾਂ ਨਾਲ ਘੁੰਮਣਾ ਹੁੰਦਾ ਹੁਣ, ਮੈਂ ਮੈਨੂੰ ਵੀ ਕੰਮ ਹੁੰਦੇ ਨੇ, ਸਾਰਾ ਦਿਨ ਹੋ ਗਿਆ ਮੈਨੂੰ ਦੁਕਾਨ 'ਤੇ ਬੈਠਿਆਂ ਨੂੰ। ਬਾਕੀ ਕੁੜੀਆਂ ਕਿੱਥੇ? ਉਹ ਬਾਕੀ ਕੁੜੀਆਂ ਆਈਆਂ ਨਹੀਂ, ਮੈਂ ਤਾਂ ਸਿਮਰਨ ਸਾਂਭਦੇ ਪਏ ਹਾਂ, ਜੇ ਮੈਂ ਚੱਲ ਜਾਂਦਾ ਦੱਸੋ ਕਿੰਨੇ ਸਾਂਭਣਾ ਸੀ ਇੱਥੇ? ਅਤੇ ਕੋਈ ਨਾ, ਫਿਰ ਤੂੰ ਆਪ ਹੀ ਕਹਿੰਦਾ ਸੀ ਮੈਂ ਦੁਕਾਨ 'ਤੇ ਬੈਠਿਆ ਕਰੂੰਗਾ, ਜੇ ਮੈਂ ਲੇਟ ਹੋ ਜਾਂਦਾ ਫਿਰ ਕੀ ਹੋ ਜਾਂਦਾ ਦੱਸ? ਵੀਰੇ ਅੱਜ ਤਾਂ ਚਲੋ ਮੈਂ ਘੁੰਮਣ ਜਾਣਾ, ਮੈਂ ਟਿਊਸ਼ਨ ਵੀ ਜਾਣਾ ਹੁੰਦਾ ਅੱਗੇ, ਅਤੇ ਮੇਰੀ ਪੜ੍ਹਾਈ ਖਰਾਬ ਹੁੰਦੀ ਆ ਵੀਰੇ, ਇੰਨਾ ਟਾਈਮ ਨਹੀਂ ਮੈਂ ਰਹਿ ਸਕਦਾ ਦੁਕਾਨ 'ਤੇ, ਪੜ੍ਹਨਾ ਵੀ ਆ ਮੈਂ। ਯਾਰ ਮੈਂ ਕੀ ਦੇਖਾਂ, ਮੈਂ ਗਡਾਊਨ ਦੇਖਾਂ, ਮੈਂ ਸਟੋਰ ਦੇਖਾਂ ਕਿ ਆਹ ਵਾਲੀ ਦੁਕਾਨ ਦੇਖਾਂ, ਕੀ ਕਰਾਂ ਦੱਸ? ਵੀਰੇ ਕੋਈ ਮੁੰਡੇ ਰੱਖੋ ਜਾਂ ਕੁੜੀਆਂ ਹੋਰ ਰੱਖੋ ਤੁਸੀਂ, 2-3 ਮੁੰਡੇ ਮੈਂ ਸਲਾਹ ਦਿੰਦਾ, ਹੋਰ ਰੱਖ ਲਓ ਤੁਸੀਂ। ਤੇਰੀ ਸਲਾਹ ਦੀ ਬਾਵੇ ਨੂੰ ਕੱਢਿਆ ਸੀ ਮੈਂ ਵੀਰੇ, ਉਹਦੀ ਹਰਕਤਾਂ ਖਰਾਬ ਸੀ ਤਾਂ ਹੀ ਕੱਢਿਆ ਸੀ, ਮੇਰੀ ਸਲਾਹ ਕੀ ਸੀ ਉਹਦੇ ਵਿੱਚ? ਤੁਹਾਨੂੰ ਵੀ ਲੱਗਿਆ ਹੀ ਆ ਉਹਨੇ ਚੋਰੀ ਕੀਤੀ ਆ, ਕੁੜੀਆਂ ਨੂੰ ਤੰਗ ਕਰਦਾ ਸੀ, ਮੈਨੂੰ ਤੰਗ ਕਰਦਾ ਸੀ। ਉਹ ਕਿਉਂ ਆਊਗਾ ਇੱਥੇ ਹੁਣ, ਉਹਨੇ ਨਾਲੇ ਫੋਨ ਕਿਉਂ ਕਰਨਾ ਆ? ਯਾਰ ਉਹ ਆਇਆ ਸੀ ਇੱਥੇ, ਮੈਂ ਹੋ ਗਈ ਮੇਰੀ ਗੱਲ ਉਹਦੇ ਨਾਲ, ਆਊਗਾ ਉੱਥੇ। ਵੀਰੇ ਉਹ ਕਿਉਂ ਆਊਗਾ, ਤੁਹਾਡੀ ਹਾਲੇ ਵੀ ਨਹੀਂ ਅੱਖਾਂ ਖੁੱਲੀਆਂ, ਇੰਨਾ ਕੁਛ ਕਰ ਗਿਆ ਉਹ ਦੁਕਾਨ 'ਤੇ, ਕੁੜੀਆਂ ਨੂੰ ਤੰਗ ਕਰਕੇ ਗਿਆ, ਮੈਨੂੰ ਤੰਗ ਕਰਕੇ ਗਿਆ। ਦੇਖ ਬਾਈ ਮੈਨੂੰ ਨਾ ਕੰਮ ਚਲਾਉਣਾ ਆਉਂਦਾ, ਮੈਨੂੰ ਪਤਾ ਮੈਂ ਕਿਹਨੂੰ ਰੱਖਣਾ ਅਤੇ ਕਿਹਨੂੰ ਕਦੋਂ ਕੱਢਣਾ, 10-15 ਦਿਨ ਬਹੁਤ ਹੁੰਦੇ ਆ ਅਹਿਸਾਸ ਦਿਵਾਉਣ ਲਈ, ਉਹਨੂੰ ਉਹਦੀ ਗਲਤੀ ਦਾ ਅਹਿਸਾਸ ਹੋ ਗਿਆ, ਸਾਰਾ ਕੁਛ ਮੰਨ ਕੇ ਗਿਆ ਮੇਰੇ ਕੋਲ ਉਹ। ਵੀਰੇ ਉਹਨੇ ਨਹੀਂ ਸੁਧਰਨਾ, ਜਿੰਨਾ ਮਰਜ਼ੀ ਕਰ ਲਓ ਤੁਸੀਂ, ਮੇਰੇ ਤੋਂ ਲਿਖਾ ਕੇ ਲੈ ਲਓ, ਜੇ ਕੱਲ੍ਹ ਉਹਨੇ ਚੋਰੀ ਕੀਤੀ ਆ ਨਾ, ਤਾਂ ਅੱਜ ਵੀ ਚੋਰੀ ਕਰੂਗਾ ਉਹ। ਬਾਈ ਉਹ ਇਨਸਾਨ ਆ, 5 ਸਾਲ ਚੋਰੀਆਂ ਨਹੀਂ ਕਰਦਾ ਰਿਹਾ, ਠੀਕ ਆ, ਹੋ ਸਕਦਾ ਕਿਸੇ ਟਾਈਮ ਮਾਇੰਡ ਖਰਾਬ ਹੋ ਜਾਂਦਾ ਬੰਦੇ ਦਾ, ਪਰ ਉਹਨੂੰ ਉਹਦੀ ਗਲਤੀ ਦਾ ਅਹਿਸਾਸ ਹੋ ਗਿਆ, ਮੈਨੂੰ ਮੇਰਾ ਕੰਮ ਚਲਾ ਲੈਣ ਦੇ, ਐਵੇਂ ਖਰਾਬ ਨਾ ਕਰ ਹਰ ਪਾਸੇ, ਤੁਸੀਂ ਕਿਸੇ ਪਾਸੇ ਟਿਕਣ ਨਹੀਂ ਦਿੰਦੇ ਮੈਨੂੰ ਯਾਰ, ਪਹਿਲਾਂ ਉਹਨੂੰ ਕਿਹਾ ਕੱਢ ਦੇ, ਹੁਣ ਤੇਰੇ ਕੋਲ ਕੰਮ ਨਹੀਂ ਸੰਭਲਦਾ ਪਿਆ, ਕੀ ਕੀਤਾ ਤੂੰ 7-8 ਦਿਨਾਂ 'ਚ ਮੈਨੂੰ ਆਹ ਦੱਸ?
ਦੋ ਦਿਨ ਤੈਨੂੰ ਮਾਰਕੀਟ ਗਿਆ ਤੂੰ, ਇੱਥੇ ਬੈਠਾ ਮੋਬਾਈਲ ਚਲਾਉਂਦਾ ਰਹਿੰਦਾ, ਕਸਟਮਰ ਅਟੈਂਡ ਕਰਨਾ ਆਉਂਦਾ ਤੈਨੂੰ? ਕਰ ਲੂੰਗਾ ਨਾ ਵੀਰੇ ਮੈਂ ਕਸਟਮਰ, ਕਦੋਂ ਕਰੇਂਗਾ ਯਾਰ? ਹੁਣ ਤੂੰ ਕਹਿੰਦਾ ਮੈਂ ਟਿਊਸ਼ਨ ਜਾਣਾ, ਮੈਂ ਦੋਸਤਾਂ ਨਾਲ ਜਾਣਾ, ਮੇਰੇ ਵੀ ਦੋਸਤ ਨੇ ਯਾਰ, ਮੇਰੀ ਵੀ ਜ਼ਿੰਦਗੀ ਆ, ਮੈਂ ਸਾਰਾ ਦਿਨ ਇੱਧਰ ਉੱਧਰ ਕੱਢ ਦਿੰਦਾ। ਤੁਹਾਡਾ ਪਿੱਟ ਸਿਆਪਾ ਹੀ ਨਹੀਂ ਮੁੱਕਦਾ ਪਿਆ, ਕਦੇ ਕਹਿੰਦੇ ਕੱਢ ਦਿਉ, ਕਦੇ ਕਹਿੰਦੇ ਕੋਈ ਬੰਦੇ ਹੋਰ ਰੱਖ ਲਓ, ਜੇ ਹੋਰ ਬੰਦੇ ਰੱਖ ਲਏ ਜੇ ਉਹ ਚੋਰੀਆਂ ਕਰਨ ਲੱਗ ਗਏ ਫਿਰ ਮੈਂ ਕੀ ਕਰੂੰਗਾ? ਸਗੋਂ ਭਰੋਸੇ ਵਾਲਾ ਬੰਦਾ ਸੀਗਾ, ਉਹਨੂੰ ਜਿਹੜਾ ਸਬਕ ਸਿਖਾਉਣਾ ਸੀ ਸਿਖਾਤਾ, 10 ਦਿਨ ਹੋ ਗਏ ਵਿਚਾਰਾ ਵਿਹਲਾ ਘੁੰਮਦਾ ਪਿਆ, ਹੈ ਤਾਂ ਮੇਰੇ ਛੋਟੇ ਭਰਾ ਵਰਗਾ ਨਾ ਉਹ। ਜੇ ਜ਼ਿੰਮੇਵਾਰੀ ਲੈਂਦੇ ਹੋ ਨਾ ਉਹਨੂੰ ਨਿਭਾਉਣੀ ਸਿੱਖੋ। ਤੂੰ ਹੀ ਕਹਿੰਦਾ ਸੀ ਨਾ ਵੀਰੇ ਉਹਨੂੰ ਕੱਢ ਦਿਉ ਮੈਂ ਸਾਂਭ ਲੂੰਗਾ, ਹੁਣ ਤੈਨੂੰ ਪੜ੍ਹਾਈ ਯਾਦ ਆ ਗਈ, ਮੈਂ ਤਾਂ ਨਹੀਂ ਤੈਨੂੰ ਕਿਹਾ ਸੀ ਤੂੰ ਮੇਰੇ ਕੋਲ ਰੋਜ਼ ਆਇਆ ਕਰ? ਕੀ ਕਰਾਂ ਮੈਨੂੰ ਦੱਸ, ਮੇਰੇ ਕੋਲ ਕੋਈ ਆਪਸ਼ਨ ਹੀ ਹੈ ਨਹੀਂ। 2 ਕੁੜੀਆਂ ਛੁੱਟੀ ਕਰ ਗਈਆਂ, ਹੁਣ ਤੂੰ ਚੱਲ ਜਾ, ਮੈਂ ਤਾਂ ਫਸ ਜਾਵਾਂਗੇ ਇੱਥੇ, ਬੈਠ ਇੱਥੇ ਦੁਕਾਨ 'ਤੇ, ਮੇਰੀ ਗੱਲ ਸੁਣ, ਤੈਨੂੰ 4 ਘੰਟੇ ਦਿੰਦਾ, ਤੂੰ 1000 ਰੁਪਇਆ ਕਮਾ ਕੇ ਦਿਖਾ ਦੇ ਮੈਨੂੰ। ਕਮਾ ਲੂੰਗਾ ਵੀਰੇ ਮੈਂ 1000 ਰੁਪਇਆ, ਕਹਿਣ ਦੀਆਂ ਗੱਲਾਂ ਨੇ, ਚੀਜ਼ ਪਈ ਆ ਫੜਾਤੀ, ਇੰਨਾ ਕੁ ਕੰਮ ਨਹੀਂ ਹੁੰਦਾ ਦੁਕਾਨਦਾਰ ਦਾ, ਬੰਦੇ ਦਾ ਰਿਲੇਸ਼ਨ ਕੰਮ ਕਰਦੇ ਆ, ਬੰਦੇ ਦਾ ਮੂੰਹ ਲਿਹਾਜ਼ਾ ਕੰਮ ਕਰਦਾ, ਸੜੇ ਜੇ ਮੂੰਹ ਨਾਲ ਕਸਟਮਰ ਅਟੈਂਡ ਨਹੀਂ ਹੁੰਦੇ, ਹਰ ਕਸਟਮਰ ਨੂੰ ਹੱਸ ਕੇ ਬੁਲਾਉਣਾ ਪੈਂਦਾ ਭਾਵੇਂ ਅੰਦਰ ਜੋ ਮਰਜ਼ੀ ਚੱਲਦਾ ਹੋਵੇ, ਘਰ ਦੀਆਂ 100 ਜ਼ਿੰਮੇਵਾਰੀਆਂ ਨਾ ਭੁੱਲ ਕੇ ਇੱਥੇ ਬੰਦੇ ਨੂੰ ਹੱਸ ਕੇ ਬੁਲਾਉਣਾ ਪੈਂਦਾ, ਵੱਖਰੀਆਂ ਗੱਲਾਂ ਕਰਦਾ। ਜਾ ਯਾਰ ਤੂੰ ਆਪਣੀ ਟਿਊਸ਼ਨ ਦੇਖ, ਮੈਂ ਸਾਂਭ ਲੂੰਗਾ। ਸਿਮਰਨ, ਹਾਂਜੀ, ਬਾਕੀ ਦੋਨੋਂ ਕਿਉਂ ਨਹੀਂ ਆਈਆਂ? ਵੀਰੇ ਮੇਰੀ ਗੱਲ ਨਹੀਂ ਹੋਈ ਉਹਨਾਂ ਨਾਲ। ਸਿਮਰਨ ਤੂੰ ਸੀਨੀਅਰ ਹੈ ਇੱਥੇ, ਜੇ ਉਹ ਕੁੜੀਆਂ ਨਹੀਂ ਆਉਂਦੀਆਂ ਉਹਦੀ ਸੁੱਖ ਸਾਂਹ ਤਾਂ ਪੁੱਛ ਲਿਆ ਕਰੋ, ਕੀ ਪਤਾ ਬਿਮਾਰ ਹੋਣ, ਫੋਨ ਕਰ ਲਿਆ ਕਰ। ਵੀਰੇ ਮੈਂ ਕਰਨਾ ਹੀ ਸੀਗਾ ਤੁਸੀਂ। ਕੋਈ ਵੀ ਕੰਮ ਤਾਂ ਚੱਲਦਾ ਹੁੰਦਾ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝੇ, ਠੀਕ ਹੈ? ਤੂੰ ਦੋਨਾਂ ਦੀ ਸੀਨੀਅਰ ਹੈ, ਦੋਨਾਂ ਨੂੰ ਸਮਝਾਉਣਾ ਵੀ ਤੂੰ ਅਤੇ ਖਿਆਲ ਵੀ ਤੂੰ ਰੱਖਣਾ, ਦੋਨਾਂ ਨੂੰ ਫੋਨ ਕਰਕੇ ਪੁੱਛ ਕਿੱਥੇ ਨੇ। ਹਾਂਜੀ, ਜੇ ਕੋਈ ਦੋਨਾਂ ਚੋਂ ਆ ਸਕਦੀ ਹੈ ਤਾਂ ਬੁਲਾ ਲਾ, ਸ਼ਾਮ ਦਾ ਵੇਲਾ ਕਸਟਮਰ ਆਣੇ ਆ, ਕੌਣ ਸਾਂਭੂਗਾ? ਠੀਕ ਹੈ ਵੀਰੇ ਮੈਂ ਕਰਦੀ ਹਾਂ, ਤੁਸੀਂ ਕਰ ਕਾਲ।